ਕੀ ਕੁਛ ਬੋਲਦੇ ਨੇ ਮੈਨੂੰ ਨਾ ਮਤਲਬ ਵਿੱਚ ਟੇਪਾਂ ਪਾ ਕੇ, ਹਾਲਾਂਕਿ ਮੇਰੇ ਜਿੰਨਾ ਮੈਂ ਆਪਦੇ ਆਪ ਨੂੰ ਸ਼ਰੀਫ ਆਖਾਂ ਮਾੜੀ ਗੱਲ ਆ, ਸਾਰੇ ਲੋਕ ਜਾਣਦੇ ਕਿਸੇ ਗੱਲ 'ਚ, ਇਹਨੂੰ ਅਸੀਂ ਡੰਡੇ ਮਾਰਾਂਗੇ ਇਹਨੂੰ ਯਾਰ ਗੱਲ ਹੈ ਵੀ ਮੈਂ ਇਹ ਹੈ ਸੈਂਟਰ ਗੌਰਮੈਂਟ ਦਾ, ਉੱਥੋਂ ਦਾ ਉਹਦੇ ਐਮ ਐਸ ਪੀ ਦੇਣੀ ਆ, ਪੰਜਾਬ ਸਰਕਾਰ ਨੇ ਨਹੀਂ ਦੇਣੀ। ਯਾਰ ਪਤਾ ਨਹੀਂ ਮੈਨੂੰ ਕੀ ਬੋਲੀ ਜਾਊਗੀ, ਮੈਂ ਕੀ ਕਰ ਸਕਦਾ। ਇੱਕ ਤਾਂ ਬਾਈ ਜੀ ਮੈਂ ਗੱਲ ਸਾਹਿਬ ਮੈਂ ਪਲੀਜ਼ ਇੱਕ ਮਿੰਟ, ਥੋੜ੍ਹਾ ਜਿਹਾ ਇਹਨਾਂ ਨੂੰ ਵੀ ਲੱਖ ਬੰਦੇ ਨੇ ਚੁਣਿਆ, ਥੋੜ੍ਹਾ ਜਿਹਾ ਪਰ ਸੋਚ ਬਾਈ ਜੀ, ਦੋਨੇ ਚੀਜ਼ਾਂ ਹੋ ਜਾਣਗੀਆਂ। ਦੋਨੇ ਚੀਜ਼ਾਂ ਤੁਸੀਂ ਕਿਹਾ ਸੀ, ਤੁਸੀਂ ਆਪਣੀ ਸਰਕਾਰ 'ਚ ਕਿਹਾ ਸੀ, ਮੈਂ ਆਪ ਜਾ ਕੇ ਤੁਸੀਂ ਸ਼ੁਭ ਕਰ ਲਏ, ਮੈਂ ਵੀ ਜਾ ਕੇ ਲਾਗੂ ਨਹੀਂ ਕਰਦੇ ਸੀ, ਪਰ ਹੁਣ ਦੀ ਘੜੀ ਕੀ ਆ, ਕੋਈ ਵੀ ਨਵਾਂ ਮੀਟਰ ਲਗਵਾਉਂਦਾ ਕਰੇ ਉਹਦੇ ਚਿੱਪ ਵਾਲਾ ਠੋਕਿਆ ਜਾ ਰਿਹਾ। ਚਿੱਪ ਵਾਲਾ ਚਿੱਪ ਉਹਦੇ ਵਿੱਚ ਨਹੀਂ ਗੀ, ਪੱਚੀ ਸੈਲੋ ਖੋਲਤੇ ਸਾਰੇ ਸਰਕਾਰ ਨੂੰ ਜਮਾ ਜਮਾ ਹੋਣੀਆਂ। ਜੇ ਥੋੜੀ ਚੀਜ਼ ਨੂੰ ਕੋਈ ਹੱਥ ਲਾਉਂਦਾ ਗੱਲ ਹੈ, ਜੇ ਤੁਹਾਨੂੰ ਬਿਜਲੀ ਦਾ ਬਿੱਲ ਲੈਂਦਾ ਫਿਰ ਗੱਲ ਹੈ, ਹੁਣ ਬਿੱਲ ਨੀ ਇੱਕ ਦਿਨ ਹੁਣ ਚ ਪਹਿਣੀ ਫਿਰ ਪਾ ਦੋਗੇ, ਫਿਰ ਡੰਡੇ ਨਾਲ ਪਊਗੀ ਉਹਦਾ, ਚੀਜ਼ਾਂ ਕਿਹੜੀਆਂ ਹੋ ਗਈਆਂ ਕਰੋਗੇ, ਸੈਲੋ ਖੋਲਦੇ ਅੱਜ ਅੱਜ ਮੰਡੀ ਦੀ ਫੀਸ ਭਰਦੇ ਆ, ਕੱਲ ਨੂੰ ਹਟ ਜਾਣਗੇ ਸਾਰਾ ਵਪਾਰੀਆਂ ਦੇ ਅਡਾਨੀਆਂ ਬਾਨੀਆਂ ਦੇ ਹੱਥਾਂ 'ਚ ਜਾਊ। ਉਹ ਯਾਰ ਪਤਾ ਨਹੀਂ ਕਿੱਥੇ ਕੀ ਜਾਊ, ਨਾ ਤਾਂ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ, ਖਬਰ ਹੈ ਕੀ ਚੱਲੀ ਜਾਂਦਾ। ਨਹੀਂ ਮੈਂ ਸਰਕਾਰ ਵੇਲੇ ਕੋਈ ਨਹੀਂ ਸੀ, ਜਿਹੜੇ ਐਫਸੀ ਦੇ ਕਢਾਉਣਾ ਨਾ ਜੀ, ਉਹ ਕੇਂਦਰ ਸਰਕਾਰ ਨੇ ਬਣਾਉਣਾ ਹੁੰਦਾ, ਐਫਸੀ ਦੇ ਕਢਾਉਣਾ ਦੀ ਗੱਲ ਕਰਦਾ। ਮਨਜ਼ੂਰੀ ਤੁਸੀਂ ਦਿੱਤੀ ਨਾ ਪੰਜਾਬ 'ਚ, ਮੇਰੀ ਗੱਲ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਰਾਜਨੀਤਿਕ ਲੋਟ, ਇੱਕ ਮਿੰਟ ਜੀ, ਵੀ ਰਾਜਨੀਤਿਕ ਲੀਡਰ ਜਦੋਂ ਵੀ ਆਉਂਦੇ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ। ਇੱਕ ਮਿੰਟ ਕਾਰਨ ਤੁਸੀਂ ਕਰੀ ਜਾਂਦੇ ਹੋ, ਅਸੀਂ ਸਵਾਲ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਸ਼ੁਭ ਧਨ ਸ਼ਹੀਦ ਕੀਤਾ ਹੈ ਵੀ ਉਹਦੇ ਚੈੱਕ ਬਾਰੇ, ਇਹਦੀ ਨੌਕਰੀ ਬਾਰੇ, ਪਰ ਉਹਦੇ 'ਚ ਕੀ ਹੋ ਗਿਆ, ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਚੱਕ ਕੇ ਥਾਣੇ ਚਲੇ ਗਏ, ਉਹ 'ਚ ਸਾਡਾ ਕੀ ਕਸੂਰ ਸੀ ਉੱਥੇ? ਬਾਕੀ ਸਾਡਾ ਬਲੌਕ ਕਰਦਾ ਰਾਮਪੁਰਾ ਵੱਲੋਂ ਨੂੰ, ਅਸੀਂ ਨਹੀਂ ਬੋਲਣ ਦੇਵਾਂਗੇ ਯਾਰ, ਕਦੋਂ ਸਭ ਕਰਨ ਦਾ ਮੁੰਡਾ ਅਮਰ ਵਾਲਿਆ ਯਾਰ, ਗੱਲ ਸਿੱਧੀ ਹੈ, ਇਹ ਕੀ ਗੱਲ ਯਾਰ? ਨਹੀਂ ਯਾਰ ਨਹੀਂ 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 ਡਿਪਟੀ ਸਾਹਿਬ ਜਮੀ ਨਹੀਂ ਸਾਡੇ ਯਾਰ, ਸਾਡੇ ਤੇ ਗੱਲ ਸੁਣੋ, ਇੱਕ ਰਣਜੀਤ ਸਿੰਘ ਥਾਣੇਦਾਰ ਕਹਿੰਦਾ ਵੀ ਯਾਰ ਉਹ ਕਰ ਦਿਓ, ਉਦੋਂ ਨੀ ਯਾਰ ਪੁਲਿਸ ਨੇ ਕੁਛ ਨਹੀਂ ਯਾਰ, ਸਾਰਾ ਕੁਛ ਕੱਲ ਵੀਡੀਓ ਕਰਕੇ ਆਏ, ਸਾਹਿਬ ਨੂੰ ਦੱਸ ਕੇ ਆਏ, ਕੱਲ ਦਾ ਫਿਰ ਵੀਰ ਗੋਲ ਵੀਰੂ ਨੇ ਪਾਈ ਉਹ ਉਹਨੀ ਜਿਹੀ ਯਾਰ, ਨਹੀਂ ਯਾਰ ਕੱਲ ਨੂੰ ਮਰਵਾ ਕੇ ਕਰ ਦੋਗੇ ਯਾਰ, ਰਹਿਣ ਦਿਓ, ਨਹੀਂ ਬੋਲਣ ਦੇਵਾਂਗੇ ਯਾਰ, ਸਾਡੇ ਤੇ ਕਿਉਂ ਪੈਂਦੀਆਂ ਯਾਰ ਇਹ ਗੱਲ, ਕੋਈ ਜਵਾਬ ਨਹੀਂ ਯਾਰ, ਕਿਉਂ
ਗੱਲ ਕਰਤਾ ਇਹਨਾਂ ਨੇ ਗੱਲ ਕਰਤਾ ਮਰਦਾ ਮਰਦਾ